ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਸੁਮਿੰਦਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਟੂਰਿਸਟ ਇਨ ਇੰਡੀਆ ਇੰਸਟਾਗ੍ਰam ਫੇਸਬੁਕ ਤੇ YouTube ਚੈਨਲ ਆਪਣੀ ਵੀਡੀਓ ਦੇਖਿਆ ਹੋ ਇਹਨਾਂ ਨੇ ਕਿ ਕੁਐਸਚਨ ਤੇ ਅਸਰ ਸਭ ਤੋਂ ਪਹਿਲਾ ਕਮੈਂਟ ਹੈ ਜੀ ਮਲਕੀਤ ਸਿੰਘ ਦਾ ਲਿਖਦੇ ਨੇ ਸਾਡੇ ਨਿਊਜ਼ੀਲੈਂਡ ਦੀ ਇੱਕ ਵੀਜ਼ਾ ਆਇਆ ਉਹਦੇ ਤੇ ਕਮੈਂਟ ਹੈ ਇਹਨਾਂ ਦਾ ਲਿਖਦੇ ਨੇ ਵਨ ਆਫ ਮਾਈ ਫਰੈਂਡ ਐਂਡ ਕਜ਼ਨ ਗੌਟ ਡਿਪੋਰਟਡ ਫਰਮ ਮਲੇਸ਼ੀਆ ਐਂਡ ਸਿੰਗਾਪੁਰ ਵੀਜ਼ਾ ਤਾਂ ਆਇਆ ਬਟ ਜਾਣ ਨਹੀਂ ਦੇ ਰਹੇ ਕੀ ਫਾਇਦਾ ਇਦਾਂ ਦੇ ਵੀਜ਼ਾ ਦਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਜੀ ਡਿਪੋਰਟ ਹੋ ਰਹੇ ਨੇ ਲੋਕ ਜਿਹੜੇ ਲੋ ਕੰਨ ਨੂੰ ਸੌਣ ਨੂੰ ਮਿਲਿਆ ਕਿ ਡਿਪੂਟ ਹੋ ਰਹੇ ਨੇ ਵਾਪਸ ਭੇਜ ਦਿੰਦੇ ਨਿਊਜ਼ੀਲੈਂਡ ਵਾਲੇ ਦੇਖੋ ਕਾਹਨ ਗੱਲ ਕਰੇ ਕਿ ਵਾਪਸ ਕਿਉਂ ਭੇਜਦੇ ਨੇ ਇਸ ਤਰ੍ਹਾਂ ਦਾ ਕੀ ਕਾਰਨ ਹੁੰਦਾ ਕਿ ਤੁਹਾਨੂੰ ਵਾਪਸ ਭੇਜਿਆ ਜਾਂਦਾ ਹੈਗਾ ਦੇਖੋ ਜਦੋਂ ਤੁਸੀਂ ਜਾਣੇ ਹੋ ਨਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਕੰਫੀਡੈਂਸ ਲੈਵਲ ਚੰਗਾ ਹੋਣਾ ਚਾਹੀਦਾ ਡਿਪੂਟ ਕਿਉਂ ਹੋ ਜਾਂਦਾ ਹੈ ਕਿਉਂਕਿ ਪਹਿਲਾਂ ਕਿਸੇ ਨੇ ਟਰੈਵਲ ਨਹੀਂ ਕੀਤਾ ਹੁੰਦਾ ਔਰ ਇਮੀਗ੍ਰੇਸ਼ਨ ਦਾ ਰੋਜ਼ ਦਾ ਕੰਮ ਹੁੰਦਾ ਬੰਦੇ ਨੂੰ ਜਜ ਕਰਨਾ ਇਮੀਗ੍ਰੇਸ਼ਨ ਉਸ ਬੰਦੇ ਨੂੰ ਐਂਟਰੀ ਨਹੀਂ ਦਿੰਦੀ ਜਿੱਥੇ ਹੀ ਡਾਊਟ ਹੋਵੇ ਕਿ ਇਸ ਬੰਦੇ ਨੇ ਮੁਰਨਾ ਨਹੀਂ ਹੈਗਾ ਇਮੀਗ੍ਰੇਸ਼ਨ ਨੂੰ ਛੱਟੋ ਵੀ ਬਣ ਕੇ ਇਕਤਿਆਰ ਹੁੰਦਾ 에어ਲਾਈਨ ਨੂੰ ਵੀ ਪੂਰਾ ਰਾਈਟ ਹੁੰਦਾ ਹੈ ਤਾਂ ਉਸ ਕੰਟਰੀ ਦੀ ਗਵਰਨਮੈਂਟ ਵੱਲੋਂ ਦਿੱਤਾ ਹੋਇਆ ਜਿਸ ਕੰਟਰੀ ਤੁਸੀਂ ਵਿਜ਼ਿਟ ਕਰ ਰਹੇ ਹੋ ਕਿ ਜੇ ਤੁਹਾਨੂੰ ਕੋਈ ਡਾਊਟ ਲੱਗਦਾ ਹੈ ਕਿ ਬੰਦਾ ਜੈਨੂ ਨੇ ਬੰਦਾ ਵਾਪਸ ਨਹੀਂ ਮੁੜੂਗਾ ਤਾਂ ਤੁਸੀਂ ਉਹਨੂੰ ਆਫਲੋਡ ਕਰ ਸਕਦੇ ਹੋ ਆਫਲੋਡ ਯਾਨੀ ਕਿ ਆਉਣ ਤੋਂ ਮਨਾ ਕਰ ਸਕਦੇ ਹੋ ਜਹਾਜ਼ ਚ ਉਠਾਉਣ ਤੋਂ ਮਨਾ ਕਰ ਸਕਦੇ ਨੇ ਛੋ ਇਸੇ ਕਰਕੇ ਲੋਕਾਂ ਨੂੰ ਮਨਾ ਕਰ ਦਿੱਤਾ ਜਾਂਦਾ ਹੈ ਬਟ ਇਹਦੇ ਵਿੱਚ ਕਸੂਰਵਾਰ ਅਸੀਂ ਖੁਦ ਹੁੰਨੇ ਹਾਂ ਕਿਉਂ ਕਈ ਵਾਰੀ ਤਾਂ ਆਪਾਂ 에ਜੰਟ ਤੋਂ ਵੀਜ਼ਾ ਲਵਾ ਲੈਂਦੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਫਾਈਲ ਚ ਕਿਹੜੇ ਕਿਹੜੇ ਡਾਕੂਮੈਂਟ ਲੱਗੇ ਨੇ ਜਦੋਂ ਕਿ ਆਫੀਸਰ ਕੋਲ ਆਰ ਇਮੀਗ੍ਰੇਸ਼ਨ ਵਾਲਿਆਂ ਕੋਲ ਤੇ 에어ਲਾਈਨ ਕੋਲ ਪੂਰੀ ਥੁੜੀ ਡਿਟੇਲ ਹੁੰਦੀ ਹੈ ਕਿ ਤੁਸੀਂ ਕਿਰੇ ਕਿਟਾ ਪੇਪਰ ਲਾਇਆ ਦੂਜਾ ਹੁੰਦਾ ਤੁਹਾਡਾ ਕੌਨਫੀਡੈਂਸ ਆਪਾਂ ਟਰੈਵਲ ਕਦੇ ਕੀਤਾ ਨਹੀਂ ਹੁੰਦਾ ਸੋ ਇਸ ਕਰਕੇ ਵੀ ਆਪਾਂ ਕਿਤਨਾ ਕਿਥੇ ਮਾਰ ਖਾ ਜਾਂਦੇ ਨੇ ਕਿਉਂਕਿ ਜਦੋਂ ਉਹ ਸਵਾਲ ਪੁੱਛਦੇ ਨੇ ਆਪਾਂ ਡਰ ਜਾਂਦੇ ਨੇ ਕਿ ਯਾਰ ਪਤਾ ਨਹੀਂ ਹੁਣ ਕੀ ਕਰ ਦਨਗੇ ਆਪਾਂ ਨਰਵਸ ਹੋ ਜਾਂਦੇ ਸੋ ਇਸੇ ਨਰਵਸ ਨੂੰ ਬੜੀ ਕਮਜ਼ੋਰੀ ਸਮਝ ਕੇ ਆਪਾਂ ਨੂੰ ਰਿਪੋਰਟ ਕਰ ਦਿੱਤਾ ਜਾਂਦਾ ਸੋ ਜੇਕਰ ਤੁਸੀਂ ਨਿਊਜ਼ੀਲੈਂਡ ਦਾ ਵੀਜ਼ਾ ਲੈ ਚੁੱਕੇ ਹੋ ਔਰ ਤੁਸੀਂ ਨਿਊਜ਼ੀਲੈਂਡ ਟਰੈਵਲ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪ ਦੇ ਆ ਲਾਈ ਰੂਈ ਫਾਈਲ ਦਾ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਅਧਿਐਨ ਕਰੋ ਪੂਰੀ ਤਰ੍ਹਾਂ ਨੂੰ ਰੀਡ ਕਰੋ ਕਿ ਥੋੜੀ ਫਾਈਲ ਚ ਕੀ ਕੀ ਲਾਇਆ ਔਰ ਇੱਕ ਜੇ ਹੋ ਸਕੇ ਜਿਹੜਾ ਤੁਹਾਡਾ ਟਰੈਵਲ پلان ਹੈਗਾ ਉਹਦੇ ਮੁਤਾਬਕ ਹੀ ਤੁਸੀਂ ਟਰੈਵਲ ਕਰੋ ਕਈ ਵਾਰੀ ਕੀ ਹੁੰਦਾ ਕਿ ਟਰੈਵਲ پلان ਪਾਇਆ ਹੁੰਦਾ 10 ਦਿਨਾਂ ਦਾ ਤੇ ਆਪਾਂ 20 ਦਿਨਾਂ ਦੇ ਟਿਕਟ ਲੈ ਕੇ ਚਲੇ ਜਾਂਦੇ ਹਾਂ ਉਹ ਵੀ ਗਲਤ ਹੈ ਦੂਜਾ ਜਿਸ ਡੇਟ ਨੂੰ ਤੁਹਾਡਾ ਟਰੈਵਲ پلان ਪਾਇਆ ਹੋਇਆ ਜੀ ਉਸ ਡੇਟ ਨੂੰ ਤੁਸੀਂ ਟਰੈਵਲ ਕਰਦੇ ਹੋ ਮੁਤਾਬਕ ਕੋਈ ਦਿੱਕਤ ਨਹੀਂ ਔਰ ਆਪਦੀ ਕਸਟਮ ਚੈਂਕ ਤੋਂ ਆਪਦੀ ਏਜੰਟ ਤੋਂ ਪੁੱਛ ਕੇ ਜਾਓ ਕਿ ਉਹਨਾਂ ਨੇ ਤੁਹਾਡੀ ਫਾਈਲ ਚ ਕੀ ਲਿਖਿਆ ਜੇ ਤੁਸੀਂ ਆਪ ਭਰੀ ਹੈ ਫਾਈਲ ਜਾਓ ਤੁਹਾਡੇ ਫਾਈਲਸ ਕੀ ਲਿਖਿਆ ਹੋਇਆ ਔਰ ਕੰਫੀਡੈਂਸ ਦੇ ਨਾਲ ਜਾਓ ਵਧੀਆ ਡਰੈਸਪ ਦੇ ਵਿੱਚ ਜਾਓ ਤਾਂ ਕਿ ਕੋਈ ਸ਼ੱਕ ਨਾ ਹੋਵੇ ਤੇ ਤੁਸੀਂ ਵਾਪਸ ਨਾ ਮੁੜੋ ਅਗਲਾ ਕਮੈਂਟ ਹੈ ਜੀ ਤਨੰਜ ਬੱਬਰ ਦਾ ਲਿਖ ਦਿੰਦੇ ਨੇ ਹੈਲੋ ਸਰ ਮੈਂਨੇ ਆਪਕੇ ਆਫਿਸ ਸੇ ਕਨੇਡਾ ਟੂਰਿਸਟ ਵੀਜ਼ਾ ਆਪਰੇ ਲਈ ਕਰਾਇਆ ਥਾ ਬਟ ਐਸਓਪੀ ਕਵਰ ਲੈਟਰ ਜੋ ਲੋਗੋ ਨੇ ਸਬਮਿਟ ਕੀਆ ਉਸੇ ਮੈਂ ਸੈਟੀਸਫਾਈ ਨਹੀਂ ਔਰ ਅਬ ਮੈਂ ਕੀ ਕਰ ਸਕਤਾ ਹੂੰ ਬ੍ਰਦਰ ਦੇਖੋ ਇਸ ਤਰ੍ਹਾਂ ਹੁੰਦਾ ਹੈ ਸਾਡੀ ਕੰਪਨੀ ਦਾ ਇੱਕ ਉਸੂਲ ਹੈ ਕਿ ਜਦੋਂ ਅਸੀਂ ਕੋਈ ਵੀ ਤੁਹਾਡੀ ਐਸਓਪੀ ਬਣਾਣੇ ਹੈਗੇ ਜਾਂ ਤੁਹਾਡਾ ਕੋਈ ਐਪਲੀਕੇਸ਼ਨ ਫਾਰਮ ਭਰਦੇ ਹੈ ਅਸੀਂ ਐਪਲੀਕੇਸ਼ਨ ਫਾਰਮ ਭਰ ਕੇ ਐਸਓਪੀ ਪਰ ਕਿ ਸਭ ਤੋਂ ਪਹਿਲਾਂ ਤੁਹਾਨੂੰ ਚੈੱਕ ਕਰਵਾਨੇ ਹੈਗੇ ਉਸ ਟਾਈਮ ਤੁਸੀਂ ਕੋਈ ਓਬਜੈਕਸ਼ਨ ਕਰ ਸਕਦੇ ਹੈਗੇ ਉਹ ਜਦੋਂ ਫਾਈਲ ਸਬਮਿਟ ਹੋ ਗਈ ਹੁਣ ਕੀ ਕੀਤਾ ਜਾ ਸਕਦਾ ਹੈਗਾ ਅਸੀਂ ਆਪਣੇ ਵੱਲੋਂ ਬੈਸਟ ਕਰਦੇ ਹੈਗੇ ਹੁਸੰਗਦਾ ਤੁਹਾਨੂੰ ਕੁਝ ਨਾ ਠੀਕ ਲੱਗਿਆ ਹੋਵੇ ਬਟ ਅਸੀਂ ਆਪਣੇ ਵੱਲੋਂ ਬੈਸਟ ਕਰਦੇ ਹੈਗੇ ਔਰ ਐਸੀ ਕਰਕੇ ਕੋਈ ਵੀ ਕੰਪਨੀ ਇਸ ਤਰ੍ਹਾਂ ਨਹੀਂ ਕਰਦੇ ਜਿਵੇਂ ਸਾਡੀ ਕੰਪਨੀ ਦਾ ਉਸੂਲ ਹੈ ਅਸੀਂ ਜਦੋਂ ਸਿਸਾਨੂੰ ਬਦੀ ਫਾਈਲ ਦਰਨੇ ਹੋ ਕਿ ਤੁਹਾਡੀ ਅਸੀਂ ਫਾਈਲ ਬਣਾਣੇ ਆ ਸਭ ਤੋਂ ਪਹਿਲਾਂ ਤੁਹਾਡਾ ਐਪਲੀਕੇਸ਼ਨ ਭਰ ਕੇ ਤੇ ਤੁਹਾਨੂੰ ਜਿਹੜੀ ਐਸਓਪੀ ਆ ਤੁਹਾਨੂੰ ਸੈਂਡ ਕਰਦੇ ਆਂ ਜੀ ਵੀ ਆ ਚੈੱਕ ਕਰ ਲਓ ਕੋਈ ਐਪਲੀਕੇਸ਼ਨ ਫਾਰਮ ਚ ਗਲਤੀ ਤਾਂ ਨਹੀਂ ਕੋਈ ਐਸਓਪੀ ਚ ਤੁਹਾਨੂੰ ਗਲਤੀ ਤਾਂ ਨਹੀਂ ਲੱਗ ਰਹੀ ਫਿਰ ਸਬਮਿਸ਼ਨ ਸਬਮਿਸ਼ਨ ਕਰਦੇ ਆਂ ਹੁਣ ਜੇ ਸਬਮਿਸ਼ਨ ਹੋ ਗਈ ਹੈ ਤਾਂ ਫਿਰ ਹੋ ਗਈ ਹੈ ਕੋਈ ਗੱਲ ਨਹੀਂ ਜੇ ਕੋਈ ਦਿੱਕਤ ਵੀ ਆਂਦੀ ਤਾਂ ਵੀ ਅਸੀਂ ਬੈਠੇ ਹੈ ਕਿ ਕੋਈ ਕੰਮ ਵਾਲੀ ਗੱਲ ਨਹੀਂ ਹੈਗੀ ਜਤਿੰਦਰ ਸਿੰਘ ਲਿਖਦੇ ਨੇ ਬਾਜੀ ਵੀਰਾ ਇਸ਼ੂਜ਼ ਆਈ ਹੈ 13 ਫਰਵਰੀ ਮੈਂ ਦਵਾਈ ਤੋਂ ਅਪਲਾਈ ਕੀਤਾ ਸੀ ਹੈਵੀ ਡਰਾਈਵਰ ਮੈਂ 1 ਲੱਖ ਤੱਕ ਮੇਰੀ ਸੈਲਰੀ ਹੈ 5000 ਦਰ

ਜੀ ਮੈਂ ਸਪான்ਸਰ ਲੈਟਰ ਵੀ ਸੀਗਾ ਮੈਂ ਕੱਢਦਾ ਅਪਲਾਈ ਆਸਟ੍ਰੇਲੀਆ ਰਿਫਿਊਜਨ ਕੈਨੇਡਾ ਲੱਗਦਾ ਜੀ ਇਹਨਾਂ ਦਾ ਕੈਨੇਡਾ ਦਾ ਮਤਲਬ ਕੀ ਇਹ ਡਰਾਈਵਰ ਨੇ ਜੀ ਔਰ ਇਹਨਾਂ ਦੀ ਸੈਲਰੀ ਹੈਗੀ ਹੈ 1 ਲੱਖ ਰੁਪਈਆ ਔਰ ਇਹਨਾਂ ਨੇ ਆਸਟ੍ਰੇਲੀਆ ਤੋਂ ਰਿਫਿਊਜ਼ ਨੇ ਤੇ ਕੈਨੇਡਾ ਅਪਲਾਈ ਕੀਤਾ ਹੈ ਅੱਛੀ ਪ੍ਰੋਫਾਈਲ ਹੈ ਲੱਖ ਸੈਲਰੀ ਹੈਗੀ ਹੈ ਜੀ ਤੋਂ ਲੱਗ ਸਕਦਾ ਹੈ ਤੁਹਾਡਾ ਕੋਈ ਗੱਲ ਨਹੀਂ ਮਹਾਰਾਜ ਤੇ ਭਰੋਸਾ ਰੱਖੋ ਜੇ ਅਪਲਾਈ ਕਰ ਦਿੱਤਾ ਹੈਗਾ ਤਾਂ ਲੱਗਦਾ ਕਿ ਜਿਹੜਾ ਕੋਈ ਬੰਦਾ ਆਊਟ ਆਫ ਕੰਟਰੀ ਬੈਠਿਆ ਹੈਗਾ ਤੇ ਉੱਥੋਂ ਆਪਣਾ ਵੀਜ਼ਾ ਅਪਲਾਈ ਕਰਨਾ ਤਾਂ ਦੇ ਉਸਦੇ ਪੇਪਰ ਚੰਗੇ ਹੋਣੇ ਚਾਹੀਦੇ ਨੇ ਉਸਦੀ ਇਨਕਮ ਦਾ ਸਾਧਨ ਅੱਛਾ ਹੋਣਾ ਚਾਹੀਦਾ ਜੇ ਉਸ ਕੋਲ ਇਨਕਮ ਦਾ ਸਰਣ ਚੰਗਾ ਹੈਗਾ ਤਾਂ ਵੀਜ਼ਾ ਲੱਗ ਜਾਂਦਾ ਸੋ ਤੁਹਾਡੀ ਇਨਕਮ ਦਾ ਸਾਧਨ ਅੱਛਾ 1 ਲੱਖ ਰੁਪਏ ਸੈਲਰੀ ਹੈਗੀ ਹੈ ਸੋ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਜਤਿੰਦਰ ਸਿੰਘ ਲਿਖਦੇ ਨੇ ਸੀਏ ਦੇ ਪੇਪਰ ਨਹੀਂ ਸੀ ਕੀ ਆਈਟੀਆਰ ਨਹੀਂ ਸੀ ਇੰਡੀਆ ਅਕਾਊਂਟ ਦੇ ਵਿੱਚ 19 ਲੱਖ ਰੁਪਏ ਸੀਗੀ ਅਪਲਾਈ ਕਰ ਸਕਦੇ ਜੀ ਦੇਖੋ ਆਈਟੀਆਰ ਤਾਂ ਹੋਣੀ ਚਾਹੀਦੀ ਹੈ ਆਈਟੀਆਰ ਨਾ ਹੋਵੇ ਕੋਈ ਇਨਕਮ ਦਾ ਹੋਰ ਸਬੂਤ ਹੋਵੇ ਤੁਸੀਂ ਆਪ ਦਾ ਕੋਈ ਨਾ ਕੋਈ ਇਨਕਮ ਦਾ ਸਬੂਤ ਦੇਣਾ ਹੁੰਦਾ ਜ਼ਰੂਰੀ ਨਹੀਂ ਕਿ ਤੁਹਾਡੇ ਆਈਟੀਆਰ ਹੋਵੇ ਜਿਸ ਵੀ ਚੀਜ਼ ਤੋਂ ਤੁਹਾਨੂੰ ਇਨਕਮ ਹੋ ਰਹੀ ਹੈ ਉਹ ਇਨਕਮ ਦਾ ਪ੍ਰੂਫ ਤੁਹਾਡੇ ਕੋਲ ਹੋਵੇ ਜੇ ਤੁਸੀਂ ਜੋਬ ਹੀ ਬਿਜ਼ਨਸ ਕਰਦੇ ਹੋ ਆਈਟੀਆਰ ਦੇ ਸਕਦੇ ਹੋ ਜੇ ਖੇਤੀਬਾੜੀ ਕਰਦੇ ਹੋ ਤਾਂ ਜੀ ਫਾਰਮ ਦੇ ਸਕਦੇ ਹਾਂ ਔਰ ਜੇਕਰ ਤੁਸੀਂ ਸਰਕਾਰੀ ਜੋਬ ਵੌਨਟੇਅਰ ਨਹੀਂ ਭਰਦੇ 16 ਨੰਬਰ ਫਾਰਮ ਦੇ ਸਕਦੇ ਹੈਗੇ ਹੋ ਸੀਰ ਪੂਰਨਾ ਹੋਵੇ ਕੋਈ ਦਿੱਕਤ ਨਹੀਂ ਬਟ ਇਨਕਮ ਦਾ ਸਾਧਨ ਆਈਟੀਆਰ ਵਗੈਰਾ ਹੋਣੀ ਜ਼ਰੂਰੀ ਹੈ ਜੱਸੀ ਚਾਹ ਲਿਖਦੇ ਨੇ ਸਰ ਨਿਊਜ਼ੀਲੈਂਡ ਟੂਰਿਸਟ ਵੀਜ਼ਾ ਕਨਵਰਟ ਹੋ ਜਾਂਦਾ ਹੈ ਵਰਕ ਪਰਮਿਟ ਐਸਟਡੀ ਬਿਲਕੁਲ ਹੋ ਜਾਂਦਾ ਜੀ ਜੇਕਰ ਕੋਈ EMPLOYER ਤੁਹਾਨੂੰ ਉਧਰੋਂ ਜੋਬ ਆਫਰ ਕਰ ਦੇਵੇ ਤਾਂ ਉਹ ਹੋ ਜਾਂਦਾ ਹੈ ਨਿਊਜ਼ੀਲੈਂਡ ਦਾ ਆਸਟ੍ਰੇਲੀਆ ਕੈਨੇਡਾ ਤੋਂ ਕਿਤੇ ਜ਼ਿਆਦਾ ਅੱਛਾ ਹੈਗਾ ਕਨਵਰਜਨ ਦੇ ਮਾਮਲੇ 'ਚ ਔਰ ਕੋਈ ਵੀ ਇੰਪਲਾਇਰ ਤੁਹਾਡੇ ਪੁਰਾਣੇ ਐਕਸਪੀਰੀਅੰਸ ਦੇ ਮੁਤਾਬਕ ਜੇਕਰ ਤੁਹਾਨੂੰ ਕੋਈ ਆਫਰ ਦਿੰਦਾ ਹੈ ਜੌਬ ਦਿੰਦਾ ਹੈ ਤਾਂ ਉਹ ਕਨਵਰਟ ਕੀਤਾ ਜਾ ਸਕਦਾ ਹੈਗਾ ਜੀ ਪੰਜਾਬੀ ਹਿੱਟ ਅਗਲਾ ਕਮੈਂਟ ਕਰਦੇ ਨੇ ਦੇਖਦੇ ਨੇ ਸਰ ਜਿਹੜਾ ਅਮਾਉਂਟ ਦੇ ਜੇ ਫਾਰਮ ਬਣ ਰਹੇ ਹੈ ਕੀ ਕਰੀਏ ਅਦਰ ਸਬਮਿਸ਼ਨ ਦੱਸੋ ਨਿਊਜ਼ੀਲੈਂਡ ਟੂਰਿਸਟ ਵੀਜ਼ਾ ਲਈ ਜੇਕਰ ਤੁਸੀਂ ਫੁੱਲ ਪੈਕੇਜ ਕਰ ਸਕਦੇ ਹੋ ਤਾਂ ਦੱਸਿਓ ਬ੍ਰਦਰ ਜੀ ਚਾਹੇ ਪੈਕੇਜ ਕਰ ਲਓ ਚਾਹੇ ਤੁਸੀਂ ਨਾਰਮਲ ਫਾਈਲ ਲਵਾ ਲਓ ਤੁਹਾਡਾ ਇਨਕਮ ਦਾ ਸਬੰਧ ਤਾਂ ਚਾਹੀਦਾ ਹੁੰਦਾ ਕਿ ਕਿ ਤੁਸੀਂ ਕੋਈ ਪੇਪਰ ਆਪਣੇ ਵੱਲੋਂ ਨਹੀਂ ਕਰਦੇ ਪੇਪਰ ਤੁਹਾਡੇ ਹੁੰਦੇ ਨੇ ਸਾਰੇ ਅਸੀਂ ਤੁਹਾਡੀ ਹੈਲਪ ਕਰ ਦਿੰਨੇ ਮਾੜੀ ਮੋਟੀ ਪ੍ਰੋਫਾਈਲ ਬਣਾਉਣ ਵਾਸਤੇ ਤੁਹਾਨੂੰ ਦੱਸ ਦਿੰਨੇ ਹਾਂ ਪਰ ਸਾਡੇ ਕੋਲੋਂ ਵੱਲੋਂ ਕੋਈ ਫੇਕ ਪੇਪਰ ਨਹੀਂ ਲਾਇਆ ਜਾਂਦਾ ਪੇਪਰ ਸਾਡੇ ਜਿਹੜੇ ਤੁਹਾਡੇ ਹੀ ਹੁੰਦੇ ਨੇ ਸੋ ਤੁਸੀਂ ਆਪਦੇ ਪੇਪਰ ਲੈ ਕੇ ਆਜੋ ਜਦੋਂ ਮਰਜ਼ੀ ਸਾਡੇ ਤੋਂ ਤੁਸੀਂ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਅਗਲਾ ਕਮੈਂਟ ਹੈ ਜੀ ਨਿਰੰਦਰ ਤੇ ਮਾੜ ਨਾਲ ਲਿਖਦੇ ਨੇ ਭਾਜੀ ਮੇਰਾ 1 ਅਪ੍ਰੈਲ ਨੂੰ ਨਿਊਜ਼ੀਲੈਂਡ ਲਈ ਫਾਈਲ ਸਬਮਿਟ ਹੋਈ ਹੈ ਅਜੇ ਤੱਕ ਅੰਡਰ ਅਸੈਸਮੈਂਟ ਸ਼ੁਰੂ ਹੋ ਰਿਹਾ ਹਾਲੇ ਤਾਂ ਕੋ ਜੇਕਰ ਫੈਲ ਹੋਈ ਹੈ ਹਲੇ 10 15 ਦਿਨ ਹੋਰ ਲੱਗਣਗੇ ਰਿਜ਼ਲਟ ਆਣ ਸੋ ਤੁਸੀਂ ਥੋੜੀ ਵੇਟ ਕਰ ਲਓ ਜੀ ਚੋਹਾਨ ਸਿੰਘ ਲਿਖਦੇ ਨੇ ਸਰ ਜੀ ਮੈਂ ਨਿਊਜ਼ੀਲੈਂਡ ਦਾ ਵੀਜ਼ਾ ਲਗਾ ਸਕਦਾ ਹਾਂ ਬਿਲਕੁਲ ਲਗਾ ਸਕਦੇ ਹੋ ਜੀ ਕੋਈ ਵੀ ਤੁਸੀਂ ਕੀ ਕੋਈ ਵੀ ਆਪ ਦਾ ਨਿਊਜ਼ੀਲੈਂਡ ਦਾ ਵੀਜ਼ਾ ਲਗਵਾ ਸਕਦਾ ਹੈ ਜੇਕਰ ਤੁਹਾਡੀ ਫਾਈਲ ਅੱਛੀ ਹੈਗੀ ਤਾਂ ਵੀਜ਼ਾ ਕਰ ਸਕਦੇ ਜੀ ਮਨਪ੍ਰੀਤ ਰਾਏ ਲਿਖਦੇ ਨੇ ਸਰ ਮੇਰੀ ਫਾਈਲ ਲੱਗੀ ਨੂੰ ਇੱਕ ਮੰਥ ਤੋਂ ਉੱਪਰ ਹੋ ਗਿਆ ਜੀ ਹੋਰ ਕਿੰਨਾ ਟਾਈਮ ਲੱਗ ਸਕਦਾ ਹੈ 40 ਤੋਂ 60 ਦਿਨਾਂ ਦਾ ਸਾਈਮ ਜਿਹੜਾ ਤੁਸੀਂ ਮੰਨ ਕੇ ਚਲੋ ਜੀ 40 ਤੋਂ 60 ਦਿਨਾਂ ਦਾ ਟਾਈਮ ਲੱਗ ਰਿਹਾ ਹੈਗਾ ਜਸਵੀਰ ਸਿੰਘ ਪੁੱਛਦੇ ਨੇ ਜੀ ਕੈਨੇਡਾ ਪ੍ਰੋਸੈਸਿੰਗ ਟਾਈਮ ਉਹਦਾ ਦਾ ਖਾਰਾ ਕਿੰਨੇ ਦਿਨਾਂ ਦਾ ਟਾਈਮ ਹੈ ਜੀ ਬਟ ਨਾਰਮਲੀ 40 ਤੋਂ 60 ਦਿਨਾਂ ਦਾ ਵੀਜ਼ਾ ਜਿਹੜਾ ਜੀ ਉਹ ਆਏਗਾ ਜੀ ਰਕੇਸ਼ ਕੁਮਾਰ ਸ਼ਰਮਾ ਲਿਖਦੇ ਨੇ ਭਾਜੀ ਕਾਲਮੀ ਆਈ ਏਮ ਟਾਕਿੰਗ ਅਬਾਊਟ ਟੂਰਿਸਟ ਆਪ ਐਂਡ ਮਾਈ ਫਾਈਲ ਓਕੇ No problem okay ji ਤੁਸੀਂ ਮੈਨੂੰ ਜਿਹੜਾ ਹੈਗਾ ਆਪਦਾ ਨੰਬਰ ਸੈਂਡ ਕਰ ਦਿਓ ਮੈਂ ਤੁਹਾਨੂੰ ਜਰੂਰ ਕਾਲ ਕਰੂੰਗਾ ਸੋ ਦੋਸਤੋ ਇਹ ਸੀਗੇ ਤੁਹਾਡੇ ਕਮੈਂਟ ਤੁਹਾਡੇ ਸਵਾਲ ਤੇ ਮੇਰੇ ਜਵਾਬ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਣਗੇ ਜੇਕਰ ਇਸ ਤਰ੍ਹਾਂ ਦੀਆਂ ਤੁਸੀਂ ਹੋਰ ਵੀਡੀਓ ਦੇਖਣੀ ਚਾਹੁੰਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜਰੂਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੇ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤੁਹਾਨੂੰ ਵੀਡੀਓ ਅੱਛੀ ਲੱਗ ਰਹੀ ਹੈ ਤਾਂ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰੋ ਬੈਲ ਦਾ ਬਟਨ ਦਬਾਓ ਇੰਸਟਾ ਤੇ ਫੋਲੋ ਕਰੋ ਫ ਕਰ ਸਕਦੇ ਹੋ ਤਾਂ ਕਿ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਆਪ ਦਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਸਪਲਾਈ ਕਰਨਾ ਚਾਹੁੰਦੇ ਹੋ ਸਕਰੀਨ 'ਤੇ ਦਿੱਤੇ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ